ਪੰਜਾਬ ਦੀਆਂ ਜੇਲ੍ਹਾਂ ਇੱਕ ਫਿਰ ਤੋਂ ਸੁਰਖੀਆਂ ਦੇ ਵਿੱਚ ਨੇ। ਨਾਭਾ ਦੇ ਵਿੱਚ ਹੋਏ ਕਤਲਕਾਂਡ ਤੋਂ ਬਾਅਦ ਅਜੇ ਉਹ ਮਾਮਲਾ ਠੰਡਾ ਵੀ ਨਹੀਂ ਹੋਇਆ। ਕੀ ਹੁਣ ਲੁਧਿਆਣਾ ਦੀ ਸੈਂਟਰ ਜੇਲ੍ਹ ਦੇ ਵਿੱਚ ਇੱਕ ਵੱਡੀ ਖਬਰ ਆ ਰਹੀ ਹੈ ਕਿ ਉੱਥੇ ਕੈਦੀਆਂ ਅਤੇ ਪੁਲਿਸ ਦੀ ਝੜਫ ਹੋ ਗਈ ਆ। ਇਸ ਝੜਫ ਦੇ ਵਿੱਚ ਕਈ ਜਿਹੜੇ ਕੈਦੀ ਨੇ ਅਤੇ ਪੁਲਿਸ ਮੁਲਾਜ਼ਮ ਘਾਇਲ ਹੋ ਦੱਸੇ ਜਾ ਰਹੇ ਨੇ, ਅਤੇ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਉੱਥੇ ਤੈਨਾਤ ਡਿਊਟੀ 'ਤੇ ਸੀ ਪੁਲਿਸ ਕਰਮੀ, ਉਹਨਾਂ ਨੂੰ ਵੀ ਗੰਭੀਰ ਸੱਟਾਂ ਵੱਜੀਆਂ ਨੇ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਇਸ ਵਕਤ ਐਡਮਿਟ ਕਰਾਇਆ ਗਿਆ, ਉਹ ਉਪਚਾਰਾਧੀਨ ਨੇ, ਅਤੇ ਜਿਹੜੇ ਕੁਛ ਇੱਕ ਕੈਦੀ ਫਰਾਰ ਵੀ ਦੱਸੇ ਜਾ ਰਹੇ ਨੇ। ਹਾਲਾਂਕਿ ਸੂਤਰਾਂ ਦੇ ਹਵਾਲੇ ਜਿਹੜੀ ਖਬਰ ਕਹੀ ਜਾ ਰਹੀ ਹੈ ਕਿ ਲਗਭਗ 15 ਦੇ ਕਰੀਬ ਕੈਦੀ ਜਿਹੜੇ ਨੇ ਉਹ ਫਰਾਰ ਹੋ ਗਏ ਨੇ। ਇਸ ਤੋਂ ਬਾਅਦ ਪੰਜਾਬ ਦੇ ਕਈ ਥਾਂ 'ਤੇ ਪੁਲਿਸ ਵੱਲੋਂ ਨਾਕੇਬੰਦੀ ਕਰ ਦਿੱਤੀ ਗਈ ਹੈ। ਲੁਧਿਆਣਾ ਸ਼ਹਿਰ ਦੇ ਜਿਹੜੀ ਬਾਹਰ ਨੂੰ ਜਾਣ ਵਾਲੇ ਰਸਤੇ ਨੇ, ਜਾਂ ਚੰਡੀਗੜ੍ਹ ਹੋ ਗਿਆ, ਜਾਂ ਹੁਸ਼ਿਆਰਪੁਰ ਵਾਲੀ ਸਾਈਡ ਹੋ ਗਿਆ, ਜਾਂ ਆਪਣੇ ਮਾਝੇ ਮਾਲਵੇ ਦੁਆਬੇ, ਤਿੰਨੋਂ ਸਾਈਡਾਂ ਨੂੰ ਜਿਹੜੇ ਸ਼ਹਿਰ ਤੋਂ ਜਾਂ ਜੇਲ੍ਹ ਤੋਂ ਲੈ ਕੇ ਜਿਹੜੀਆਂ ਰਾਹ ਜਾਂਦੇ ਨੇ, ਉੱਥੇ ਵੀ ਨਾਕੇਬੰਦੀ ਕੀਤੀ ਗਈ ਹੈ ਕਿ ਕੋਈ ਵੀ ਕੈਦੀ ਜਿਹੜਾ ਉਹ ਫਰਾਰ ਨਾ ਹੋ ਸਕੇ। ਹਾਲਾਂਕਿ ਪੁਲਿਸ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਪਿੰਡੂ ਰਸਤੇ ਨੇ ਸ਼ਹਿਰ ਲੁਧਿਆਣਾ ਦੇ ਲੱਗਦੇ ਜਾਂ ਸੈਂਟਰ ਦੇ ਜੇਲ੍ਹ ਦੇ ਲਾਗੇ, ਉਹਨਾਂ 'ਤੇ ਵੀ ਕੜੀ ਨਜ਼ਰ ਰੱਖੀ ਜਾ ਰਹੀ ਆ, ਤਾਂ ਕਿ ਕਿਸੇ ਪ੍ਰਕਾਰ ਦੀ ਕੋਈ ਚੂਕ ਨਾ ਹੋ ਸਕੇ, ਅਤੇ ਨਾ ਹੀ ਕੋਈ ਕੈਦੀ ਜਿਹੜਾ ਸੀ ਉਹ ਪੁਲਿਸ ਦੇ ਹੱਥੋਂ ਬਾਹਰ ਜਾ ਸਕੇ। ਕਿ ਅਗਰ ਕੋਈ ਫਰਾਰ ਵੀ ਕੈਦੀ ਆਪਣੀ ਜਿਹੜੀ ਲੁਧਿਆਣਾ ਦੀ ਸਰਹੱਦ ਆ ਉਸ ਤੋਂ ਅਗਰ ਬਾਹਰ ਨਿਕਲਦਾ ਤਾਂ ਉਹਨੂੰ ਕਾਬੂ ਕਰ ਲਿੱਤਾ ਜਾਏਗਾ। ਹਾਲਾਂਕਿ ਇਸ ਤਰ੍ਹਾਂ ਦੇ ਤਮਾਮ ਭਰੋਸੇ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ। ਹਾਲਾਂਕਿ ਕੋਈ ਵੀ ਅਧਿਕਾਰਿਕ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਕਿੰਨੇ ਕੈਦੀ ਜਿਹੜੇ ਨੇ ਉਹ ਫਰਾਰ ਹੋਏ ਨੇ, ਕਿਉਂਕਿ ਪੁਲਿਸ ਇਸ ਵਕਤ ਜਿਹੜੀ ਜੇਲ੍ਹ ਦੀ ਚਾਰ ਦੀਵਾਰੀ ਦੇ ਅੰਦਰ ਜਿਹੜੇ ਕੈਦੀ ਨੇ ਉਹਨਾਂ ਦੀ ਸੁਰੱਖਿਆ ਦੀ ਚਿੰਤਾ ਦੇ ਵਿੱਚ ਵੀ ਲੱਗੀ ਹੋਈ ਆ, ਅਤੇ ਜਿਹੜੇ ਗੰਭੀਰ ਹੋਏ ਨੇ ਪੁਲਿਸ ਮੁਲਾਜ਼ਮ ਅਤੇ ਕੈਦੀ ਉਹਨਾਂ ਦੇ ਉਪਚਾਰ ਦੇ ਨੂੰ ਲੈ ਕੇ ਵੀ ਚਿੰਤਿਤ ਆ ਕਿ ਇੰਨੀ ਵੱਡੀ ਹੁਣ ਇਹ ਕਾਰਵਾਈ ਹੋਈ ਆ। ਸਰ, ਲੁਧਿਆਣਾ ਜੇਲ੍ਹ ਦੇ ਵਿੱਚ ਗੋਲੀ ਚੱਲੀ ਹੈ, ਕਾਫੀ ਜ਼ਿਆਦਾ ਬਵਾਲ ਹੋ ਰਿਹਾ ਹੈ। ਇੱਕ ਬੰਦਾ ਸਵੇਰੇ ਮਰ ਗਿਆ ਸੀ, ਉਹ ਰਿਪੋਰਟ ਮੈਨੂੰ ਆ ਗਈ ਸੀ, ਡੀਟੇਲ ਮੈਂ ਉਹਨੂੰ ਨਾ, ਮੈਂ ਤਾਂ ਉਰੇ ਬੈਠਾ ਜਦੋਂ ਇਹ ਗੱਲ ਚੱਲੀ ਹੈ, ਜਾ ਕੇ ਮੈਂ ਵਾਪਸ ਪਤਾ ਕਰਦਾ ਹਾਂ ਕਿ ਅਤੇ ਇਸ ਨੂੰ ਲੈ ਕੇ ਵੀ ਪੰਜਾਬ ਸਰਕਾਰ ਹੁਣ ਕਿੱਥੇ ਨਾ ਕਿੱਥੇ ਗੰਭੀਰ ਹੁੰਦੀ ਨਜ਼ਰ ਆਵੇਗੀ। ਅਤੇ ਪੰਜਾਬ ਸਰਕਾਰ 'ਤੇ ਲਾਜ਼ਮੀ ਹੈ ਕਿ ਹੁਣ ਵਿਰੋਧੀ ਵੀ ਸਵਾਲ ਚੁੱਕਣਗੇ ਕਿ ਕਿਉਂ ਇਹੋ ਜਿਹੀ ਲਾਪਰਵਾਹੀ ਹੋ ਰਹੀ ਹੈ, ਕਿਉਂਕਿ ਅਜੇ ਕੁਛ ਦਿਨ ਪਹਿਲਾਂ ਹੀ ਨਾਭਾ ਜੇਲ੍ਹ ਦੇ ਵਿੱਚ ਇੱਕ ਜਿਹੜਾ ਡੇਰਾ ਪ੍ਰੇਮੀ ਸੀਗਾ ਉਹਦੀ ਮੌਤ ਹੋ ਗਈ, ਜਿਹੜਾ ਮੁੱਖ ਗਵਾਹ ਮੰਨਿਆ ਜਾਂਦਾ ਸੀ। ਹੁਣ ਉਸ ਮਾਮਲੇ ਦੇ ਵਿੱਚ ਵੀ ਜਿਹੜੇ ਆਰੋਪੀ ਸੀ ਉਹਨਾਂ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ, ਉਹਨਾਂ ਦੀ ਵੀ ਅੱਜ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ। ਜਿਹੜਾ ਅੱਜ ਨਾਭੇ 'ਚ ਕਤਲ ਦੇ ਮਾਮਲੇ 'ਚ FIR ਦਰਜ ਹੋਈ ਹੈ, ਉਹਦੇ ਦੋਸ਼ੀਆਂ ਨੂੰ ਪੇਸ਼ ਕਰਨਾ ਸੀ। ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਡਾ ਲੋਕਤੰਤਰ ਕਿਹਾ ਜਾਂਦਾ, ਹਿੰਦੁਸਤਾਨ ਨੂੰ ਬੜਾ ਵਧੀਆ ਇਨਸਾਫ ਪਸੰਦ ਦੇਸ਼ ਕਿਹਾ ਜਾਂਦਾ, ਪਰ ਜਿੰਨੀ ਬੇਇਨਸਾਫੀ ਇਸ ਹਿੰਦੁਸਤਾਨ 'ਚ ਅਦਾਲਤਾਂ ਦੁਆਰਾ ਅਤੇ ਪੁਲਿਸ ਦੁਆਰਾ ਕੀਤੀ ਜਾ ਰਹੀ ਹੈ, ਇਸ ਤੋਂ ਮਾੜੀ ਗੱਲ ਮੈਂ ਅੱਜ ਤੱਕ ਜ਼ਿੰਦਗੀ 'ਚ ਨਹੀਂ ਦੇਖੀ। ਮੈਨੂੰ 34 ਸਾਲ ਹੋ ਗਏ ਵਕਾਲਤ ਕਰਦੇ, ਮੈਨੂੰ ਸ਼ਰਮ ਆ ਰਹੀ ਅੱਜ ਵਕੀਲ ਹੁੰਦੇ ਹੋਏ ਕਿ ਅੱਜ ਉਹਨਾਂ ਮੁਲਜ਼ਮਾਂ ਨੂੰ, ਪਹਿਲਾਂ ਤਾਂ ਪੁਲਿਸ ਵਾਲਿਆਂ ਨੇ ਕਦੇ ਵੀ ਕਿਸੇ ਦੇ ਘਰਦਿਆਂ ਨੂੰ ਇਤਲਾਹ ਨਹੀਂ ਦਿੱਤੀ ਕਿ ਉਹਨਾਂ ਨੂੰ ਫੜਿਆ, ਕਿਸੇ ਨੇ ਇਹ ਦੱਸਿਆ ਨਹੀਂ ਉਹਨਾਂ ਨੂੰ ਫੋਨ ਕਰਕੇ ਵੀ ਉਹਨਾਂ ਨੂੰ ਅਦਾਲਤ 'ਚ ਪੇਸ਼ ਕਰਨਾ, ਤੁਸੀਂ ਆਪਣਾ ਵਕੀਲ ਕਰ ਲਓ। ਉਹ ਇਨਸਾਫ ਪਹਿਲਾਂ ਉਹਨਾਂ ਨੂੰ 1 ਤਰੀਕ ਨੂੰ ਜਦੋਂ ਪੇਸ਼ ਕੀਤਾ ਉਦੋਂ ਵੀ ਇਹੀ ਹਾਲ ਹੋਇਆ, 4 ਦਿਨ ਦਾ ਰਿਮਾਂਡ ਬਿਨਾਂ ਵਕੀਲ ਤੋਂ, ਬਿਨਾਂ ਕਾਨੂੰਨ ਤੋਂ, ਬਿਨਾਂ ਦਲੀਲ ਤੋਂ ਲੈ ਗਏ। ਪਰ ਚਲੋ ਕੋਈ ਗੱਲ ਨਹੀਂ, ਉਸ ਤੋਂ ਬਾਅਦ ਅਸੀਂ ਆ ਕੇ ਦਰਖਾਸਤ ਮੈਂ ਆ ਖੁਦ ਆ ਕੇ ਦਿੱਤੀ ਪਰਸੋਂ, ਅਦਾਲਤ ਨੂੰ ਦੱਸਿਆ ਮੈਂ ਵਕੀਲ ਹਾਂ, ਮੈਂ ਕੇਸ ਲੜਨਾ ਇਸ ਕੇਸ ਦਾ। ਅਦਾਲਤ ਦੀ ਇਹ ਗੱਲ ਨੌਲੇਜ ਸੀ ਜੱਜ ਸਾਹਿਬ ਨੂੰ। ਅੱਜ ਬੜੇ ਦੁੱਖ ਨਾਲ ਮੈਨੂੰ ਸ਼ਰਮ ਆਉਂਦੀ ਹੈ ਕਹਿੰਦੇ ਹੋਏ ਕਿ ਮੈਂ ਸਿਸਟਮ ਦਾ ਪਾਰਟ ਹਾਂ, ਅੱਜ ਅਦਾਲਤ ਦੇ ਬਾਹਰ ਖੜ੍ਹਾ 10 ਮਿੰਟ ਬਾਅਦ ਆ ਕੇ। ਇੱਥੇ 9:15 ਵਜੇ ਜੱਜ ਸਾਹਿਬ ਨੇ ਸਪੈਸ਼ਲ ਅਦਾਲਤ ਲਾਈ ਹੈ ਪੁਲਿਸ ਵਾਲਿਆਂ ਨੂੰ ਖੁਸ਼ ਕਰਨ ਵਾਸਤੇ। ਉਹ ਅਦਾਲਤ ਲਾ ਕੇ ਜੱਜ ਸਾਹਿਬ ਨੇ 9:15 ਵਜੇ ਉਹਨਾਂ ਨੂੰ
ਜਿਹੜਾ ਬਿਨਾਂ ਇਤਲਾਹ ਦਿੱਤੇ ਡਿਫੈਂਸ ਕੌਂਸਲ ਨੂੰ, ਬਿਨਾਂ ਇਤਲਾਹ ਦਿੱਤੇ ਫੈਮਿਲੀ ਮੈਂਬਰਾਂ ਨੂੰ 2 ਦਿਨ ਦਾ ਰਿਮਾਂਡ ਦੇ ਕੇ ਦੁਬਾਰਾ ਪੁਲਿਸ ਹਿਰਾਸਤ 'ਚ ਭੇਜ ਦਿੱਤਾ, ਇਹ ਕਿੱਥੋਂ ਦਾ ਇਨਸਾਫ ਹੈ? ਕੀ ਇਹ ਇਨਸਾਫ ਹੈ ਕਿ ਜੇ ਜੱਜ ਸਾਹਿਬ ਨੂੰ ਪਤਾ ਹੈ ਉਹ ਘੱਟੋ ਘੱਟ ਰੀਡਰ ਰਾਹੀਂ ਕਿਸੇ ਰਾਹੀਂ ਮੈਨੂੰ ਇਤਲਾਹ ਦੇ ਦਿੰਦੇ ਵੀ ਇਹਨਾਂ ਨੂੰ ਸਿਕਿਉਰਿਟੀ ਰੀਜ਼ਨ ਕਰਕੇ ਵੱਖਰੇ ਸਮੇਂ 'ਤੇ ਪੇਸ਼ ਕਰਨਾ, ਅਦਾਲਤ ਸਪੈਸ਼ਲ ਲਾਈ ਜਾਣੀ ਹੈ? ਮੈਨੂੰ ਨਹੀਂ ਪਤਾ ਲੱਗਿਆ ਵੀ ਇਸ ਕੇਸ 'ਚ ਖਾਸੀਅਤ ਕੀ ਹੈ, ਕਿਸ ਵਾਸਤੇ ਸਪੈਸ਼ਲ ਅਦਾਲਤ ਦੇ ਟਾਈਮ ਤੋਂ ਬਿਨਾਂ ਅਦਾਲਤ ਲੱਗੀ ਹੈ। ਅੱਜ ਹੁਣ ਜੱਜ ਸਾਹਿਬ ਅਦਾਲਤ ਦੇ ਟਾਈਮ ਜਾ ਚੁੱਕੇ ਨੇ, ਅਤੇ ਜਦੋਂ ਅਦਾਲਤ ਲੱਗਣੀ ਸੀ ਉਦੋਂ ਜੱਜ ਸਾਹਿਬ ਹੈ ਨਹੀਂ, ਜਦੋਂ ਅਦਾਲਤ ਨਹੀਂ ਲੱਗਣੀ ਸੀ ਉਦੋਂ ਅਦਾਲਤ ਲੱਗੀ ਹੈ। ਅਤੇ ਇਹਦੇ ਨਾਲ ਨਾਲ ਹੀ ਇੱਕ ਹੋਰ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਦੂੰਗਾ ਕਿ ਇੱਕ ਜਿਹੜਾ ਲੈਟਰ ਆਇਆ ਤੁਸੀਂ ਸਕਰੀਨ 'ਤੇ ਦੇਖ ਵੀ ਸਕਦੇ ਹੋ ਕਿ ਉਹ ਲੈਟਰ ਦੇ ਵਿੱਚ ਪੰਜਾਬ ਸਰਕਾਰ ਨੂੰ ਜੇਲ੍ਹ ਪ੍ਰਸ਼ਾਸਨ ਨੂੰ ਸੁਚੇਤ ਕੀਤਾ ਗਿਆ ਸੀ ਕਿ ਜਿਹੜੀਆਂ ਸੈਂਟਰ ਜੇਲ੍ਹ ਨੇ 3 ਮੁੱਖ ਜੇਲ੍ਹਾਂ ਜਿਹੜੀਆਂ ਉਹ ਦਰਸਾਈਆਂ ਗਈਆਂ ਨੇ ਕਿ ਅੰਮ੍ਰਿਤਸਰ, ਬਠਿੰਡਾ ਅਤੇ ਲੁਧਿਆਣਾ ਉਹਨਾਂ 'ਤੇ ਨਿਗਰਾਨੀ ਰੱਖੀ ਜਾਵੇ, ਉਹਨਾਂ ਦੀ ਜਿਹੜੀ ਫੌਜ ਆ ਉਹ ਜਿਹੜੀ ਚੌਕਸੀ ਲਈ ਉਹ ਪੜਾਈ ਜਾਵੇ, CRPF ਨੂੰ ਇਹ ਜ਼ਿੰਮੇਵਾਰੀ ਸੌਂਪੀ ਜਾਵੇ, ਇਹੋ ਜਿਹਾ ਲੈਟਰ ਵੀ ਇਹ ਜਾਰੀ ਕੀਤਾ ਗਿਆ ਸੀ। ਇਸ ਲੈਟਰ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਸੀ, ਹਾਲਾਂਕਿ ਕਿੱਥੇ ਨਾ ਕਿੱਥੇ ਇਹ ਕਿਹਾ ਜਾ ਸਕਦਾ ਕਿ ਪੁਲਿਸ ਦੇ ਚੌਕਸੀ ਦੇ ਵਿੱਚ ਇਹੋ ਜਿਹੀ ਲਾਪਰਵਾਹੀ ਹੋਣਾ, ਕੈਦੀਆਂ ਦੀ ਝੜਫ ਹੋਣਾ ਅਤੇ ਇੰਨੀ ਵੱਡੀ ਜਿਹੜੀ ਤਾਦਾਦ 'ਤੇ ਕੈਦੀਆਂ ਦੇ ਅਤੇ ਪੁਲਿਸ ਮੁਲਾਜ਼ਮਾਂ ਦਾ ਘਾਇਲ ਹੋਣਾ, ਕਿੱਥੇ ਨਾ ਕਿੱਥੇ ਸੁਰੱਖਿਆ ਵਿਵਸਥਾ 'ਤੇ ਇੱਕ ਵਾਰੀ ਸਰਕਾਰ ਦੀ ਸੁਰੱਖਿਆ ਵਿਵਸਥਾ 'ਤੇ ਅਤੇ ਜੇਲ੍ਹ ਮੰਤਰੀ 'ਤੇ ਕਿੱਥੇ ਨਾ ਕਿੱਥੇ ਵਿਰੋਧੀ ਹੁਣ ਸਵਾਲ ਚੱਕਣਗੇ ਕਿ ਇਹੋ ਜਿਹੀ ਲਾਪਰਵਾਹੀ ਕਿਉਂ ਹੋ ਰਹੀ ਆ, ਕਿਉਂਕਿ ਅਗਰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਸਰਕਾਰ ਵੱਲੋਂ, ਫਿਰ ਵੀ ਲਾਪਰਵਾਹੀ ਕਿਉਂ ਹੋਈ, ਕਿਉਂ ਲੈਟਰ ਇਹ ਜਿਹੜਾ ਸੀ ਕਿੱਥੇ ਦੇਰੀ ਦੇ ਵਿੱਚ ਕਿਹਦੇ ਕੋਲ ਪਹੁੰਚਿਆ? ਕਿਉਂਕਿ ਮੀਡੀਆ ਦੇ ਵਿੱਚ ਵੀ ਇਹ ਲੈਟਰ ਉਸ ਵੇਲੇ ਸਾਹਮਣੇ ਆਇਆ ਜਦੋਂ ਇਹ ਖਬਰ ਕੁਛ ਇੱਕ ਚੈਨਲਾਂ 'ਤੇ ਬ੍ਰੇਕਿੰਗ ਚੱਲ ਰਹੀ ਸੀ ਲੁਧਿਆਣਾ ਸੈਂਟਰ ਜੇਲ੍ਹ ਦੇ ਕਾਂਡ ਦੀ, ਅਤੇ ਇਹਦੇ ਨਾਲ ਹੀ ਜਿਹੜਾ ਨਾਭਾ ਦੇ ਵਿੱਚ ਹੋਇਆ ਸੀ ਕਤਲ ਕਾਂਡ ਬਿੱਟੂ ਦਾ, ਉਦੋਂ ਲੈ ਕੇ ਵੀ ਜਿਹੜੀ ਖਬਰ ਬ੍ਰੇਕ ਹੋ ਰਹੀ ਸੀ, ਉਸੇ ਕੁਛ ਇੱਕ ਟਾਈਮ ਦੇ ਵਿੱਚ ਇਹ ਲੈਟਰ ਜਿਹੜਾ ਸੀ ਇਹ ਵੀ ਨਿਕਲ ਕੇ ਸਾਹਮਣੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਸੀ ਕਿ ਇਹੋ ਜਿਹੀ ਜਿਹੜੀ ਨੋਟੀਫਿਕੇਸ਼ਨ ਆ ਉਹ ਵੀ ਜਾਰੀ ਕੀਤੀ ਗਈ ਆ। ਹਾਲਾਂਕਿ ਹੁਣ ਜਿਹੜੇ ਸੈਂਟਰ ਜੇਲ੍ਹ ਲੁਧਿਆਣਾ ਦੇ ਵਿੱਚ ਇਹ ਕਾਂਡ ਹੋਇਆ, ਇਸ ਨੂੰ ਲੈ ਕੇ ਸਰਕਾਰ ਕੀ ਕਦਮ ਚੱਕਦੀ ਹੈ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਦਿੱਲੀ ਦੌਰੇ 'ਤੇ ਨੇ ਅਤੇ ਕਈ ਜਿਹੜੇ ਉਹਨਾਂ ਨਾਲ ਕੈਬਨਿਟ ਮੰਤਰੀ ਨੇ ਉਹ ਵੀ ਦਿੱਲੀ ਦੌਰੇ 'ਤੇ ਨੇ, ਰਾਹੁਲ ਗਾਂਧੀ ਨਾਲ ਵੀ ਮੁਲਾਕਾਤ ਹੋਣੀ ਹੈ ਅਤੇ ਕੁਛ ਇੱਕ ਕੇਂਦਰੀ ਮੰਤਰੀਆਂ ਨਾਲ ਵੀ ਪੰਜਾਬ ਦੇ CM ਦੀ ਮੁਲਾਕਾਤ ਹੈ, ਨਿਤਿਨ ਗਡਕਰੀ ਨਾਲ ਉਹਨਾਂ ਦੀ ਮੁਲਾਕਾਤ ਹੋ ਚੁੱਕੀ ਹੈ। ਅਤੇ ਇਹੋ ਜਿਹਾ ਕਾਂਡ ਪੰਜਾਬ ਦੇ ਵਿੱਚ ਸੂਬੇ ਦੇ ਵਿੱਚ ਹੋਣਾ ਕਿੱਥੇ ਨਾ ਕਿੱਥੇ ਸਰਕਾਰ ਦੇ ਉੱਪਰ ਸਵਾਲ ਖੜ੍ਹੇ ਕਰਦਾ, ਅਤੇ ਹੁਣ ਲੱਗਦਾ ਹੈ ਕਿ ਵਿਰੋਧੀ ਵੀ ਲਗਾਤਾਰ ਸਵਾਲ ਖੜ੍ਹੇ ਕਰਨਗੇ। ਹੋਰ ਵੀ ਤਾਜ਼ਾ ਅਪਡੇਟ ਇਸ ਮਸਲੇ 'ਤੇ ਤੁਹਾਨੂੰ ਦਿੰਦੇ ਰਹਾਂਗੇ। ਹੁਣ ਮੈਨੂੰ ਦਿਓ ਇਜਾਜ਼ਤ, ਧੰਨਵਾਦ। ਦੇਖੋ, ਬੜੀ ਅਨਫਾਰਚੁਨੇਟ ਹੈ ਕਿ ਪਿੱਛੇ ਬੰਦੇ ਦਾ ਮਰਡਰ ਹੋ ਗਿਆ ਅਤੇ ਅੱਜ ਜਿਹੜੇ 2 ਗੈਂਗਸਟਰ ਜਿਹੜੇ ਸੀਗੇ ਉਹਨਾਂ ਦਾ ਆਪਸ ਵਿੱਚ ਟਕਰਾਅ ਹੋਇਆ ਔਰ ਜੇਲ੍ਹ ਦੇ ਵਿੱਚ ਜਿਹੜੀ ਪੰਥੋੜ ਉਹ ਅਸੀਂ ਅੰਡਰ ਕੰਟਰੋਲ ਹੈ, ਉਹਨੂੰ ਕੰਟਰੋਲ ਕਰ ਲਿਆ, ਸਿਰਫ 80% ਹੀ ਕਰ ਲਿਆ ਅਤੇ ਜਿਹੜੇ 2 ਹਾਈ ਸਿਕਿਉਰਿਟੀ ਜ਼ੋਨ ਨੇ ਉਹਨਾਂ ਦੇ ਵਿੱਚ ਪੁਲਿਸ ਸੈਂਟਰ ਕਰ ਗਈ ਹੈ ਔਰ ਬਹੁਤ ਸਖਤੀ ਨਾਲ ਇਹਨੂੰ ਕੀਤਾ ਜਾਏਗਾ। ਇਹ ਜਿਹੜੀਆਂ ਚੀਜ਼ਾਂ ਨੇ ਕਿ ਉੱਥੇ ਕੀ ਹੋਇਆ, ਮੇਰੇ ਖਿਆਲ ਕਿ 2 ਸਿਲੰਡਰ ਫਟੇ ਨੇ ਜਿਹੜੇ ਉਹਨਾਂ ਦੇ ਕੋਲ ਸੀਗੇ, ਜਿਹੜੀਆਂ ਉੱਥੇ ਉਹ ਨੇ ਇੱਕ ਸਟੂਡੈਂਟ ਜੇਲ੍ਹ ਦੀ ਜਿਹੜੀ ਗੱਡੀ ਆ ਉਹਨੂੰ ਉਹਨਾਂ ਨੇ ਅੱਗ ਲਾਈ ਹੈ, ਜਿਹੜੀ ਅੱਗ ਚੱਲੀ ਹੈ। ਇਹ ਜਿਹੜੀਆਂ ਚੀਜ਼ਾਂ ਨੇ ਇਹਦੇ ਵਿੱਚ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ ਅੱਜ ਵੀ ਤੁਸੀਂ ਪੇਪਰ 'ਚ ਪੜ੍ਹਿਆ ਹੋਣਾ ਕਿ ਜਿਹੜੀ ਸਾਨੂੰ CRPF ਆਈ ਆ ਔਰ ਅਸੀਂ ਜਿਹੜੀ ਹਾਈ ਜਿਹਨੂੰ ਆਪਾਂ ਕਹਿੰਦੇ ਹਾਂ ਹਾਈ ਪ੍ਰੋਫਾਈਲ ਜੇਲ੍ਹਜ਼ ਨੇ ਜਿਵੇਂ ਪਟਿਆਲਾ, ਅੰਮ੍ਰਿਤਸਰ, ਲੁਧਿਆਣਾ, ਬਠਿੰਡਾ, ਫਰੀਦਕੋਟ, ਇਹਨਾਂ ਜੇਲ੍ਹਾਂ ਲਈ ਅਸੀਂ ਗਵਰਨਮੈਂਟ ਆਫ ਇੰਡੀਆ ਨੂੰ ਕਈ ਵਾਰ ਲਿਖਿਆ ਕਿ ਸਾਨੂੰ ਜਿੱਥੇ ਪੰਜਾਬ ਪੁਲਿਸ ਆ ਉੱਥੇ ਨਾਲ CRPF ਵੀ ਚਾਹੀਦੇ। ਇਹ ਜੇਲ੍ਹ ਜਿਹੜੀ ਆ ਜਿਹੜੀ ਅਪਰੂਵ ਹੋਈ ਆ 24 ਕਰੋੜ ਰੁਪਇਆ ਜਿਹੜਾ ਪੰਜਾਬ ਗਵਰਨਮੈਂਟ ਨੇ ਅਪਰੂਵਲ ਦਿੱਤੇ ਉਹਦੇ 6 ਵੀ ਆਉਂਦੀ ਹੈ। ਪਰ ਸਭ ਤੋਂ ਮੇਨ ਵੇਖਣ ਵਾਲੀ ਗੱਲ ਇਹ ਆ ਕਿ ਇਹੋ ਜਿਹੇ ਰਾਇਡਸ ਜਿਹੜੇ ਹੋਣੇ ਜਾਂ ਅੰਦਰ ਗੈਂਗਵਾਰ ਜਿਹੜੀ ਆ ਇਹ ਜਿਹੜੀ ਆ ਸੀਰੀਅਸ ਗੱਲ ਆ ਜਿਹਨੂੰ ਬੜਾ ਸਖਤੀ ਨਾਲ ਵੇਖਿਆ ਜਾਏਗਾ।
ਸਿਕਿਉਰਿਟੀ ਲੈਪਸ ਨਹੀਂ ਕਿਹਾ ਜਾ ਸਕਦਾ ਇਹਨੂੰ, ਕਿਉਂਕਿ ਸਿਕਿਉਰਿਟੀ ਵਾਲੇ ਅੰਦਰ ਜਿੰਨੇ ਬੰਦੇ ਹੁੰਦੇ ਉੱਥੇ ਸਫੀਸ਼ੀਐਂਟ ਬੰਦੇ ਨੇ ਇਹਦੇ 'ਚ। ਜਦੋਂ ਜਿਹੜੀ ਜੇਲ੍ਹ 'ਚ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਜੇਲ੍ਹ 'ਚ ਆ ਰਹੀ ਆ ਉਹ ਇਹ ਆ ਕਿ ਅੰਦਰ ਵਰਕ ਕਲਚਰ ਜਿਹੜਾ ਖਤਮ ਹੋ ਗਿਆ। ਪਿਛਲੇ 10-12 ਸਾਲਾਂ ਤੋਂ ਕੋਈ ਵਰਕਸ਼ਾਪ, ਜਿਹੜੇ ਜਿੰਨੀਆਂ ਵਰਕਸ਼ਾਪ ਸੀਗੀਆਂ ਉਹ ਸਾਰੀਆਂ ਬੰਦ ਪਈਆਂ ਨੇ। ਕੈਦੀਆਂ ਨੂੰ ਸਾਰਾ ਦਿਨ ਜੇਲ੍ਹ ਦੇ ਅੰਦਰ ਬੰਦ ਕਰਕੇ ਨਹੀਂ ਰੱਖਿਆ ਜਾਂਦਾ, ਇਹਨਾਂ ਨੂੰ ਵਿੱਚੋਂ ਛੱਡਿਆ ਜਾਂਦਾ। ਅਤੇ ਉਹਦੇ ਵਿੱਚ ਜਿਹੜੀ ਇਹ ਇੰਸੀਡੈਂਟ ਹੋ ਗਿਆ ਕਿ ਦੋ ਗੈਂਗ ਜਿਹੜੇ ਨੇ ਆਪਸ ਵਿੱਚ ਭਿੜ ਗਏ ਨੇ, ਇਹ ਵੇਖਿਆ ਜਾਏਗਾ ਕਿ ਦੋਵੇਂ ਗੈਂਗ ਕਿਵੇਂ ਬਾਹਰ ਆਏ, ਕਿਉਂਕਿ ਇਹਨਾਂ ਨੂੰ ਇੱਕ ਇੱਕ ਨੂੰ ਬਾਹਰ ਕੱਢਿਆ ਜਾਂਦਾ, ਦੂਸਰਾ ਕਿਵੇਂ ਨਿਕਲਿਆ ਇਹਦੀ ਜਿਹੜੀ ਇਨਕੁਆਇਰੀ ਕੱਲ੍ਹ ਤੱਕ ਮੈਨੂੰ ਪਤਾ ਲੱਗ ਜਾਏ, ਕੱਲ੍ਹ ਤੱਕ ਹੀ ਸ਼ਾਮ ਤੱਕ ਮੈਨੂੰ ਪਤਾ ਲੱਗ ਜਾਏਗੀ। ਜਿਹੜੀ ਲੁਧਿਆਣਾ ਪੁਲਿਸ ਆ ਉਹ ਅੰਦਰ ਐਂਟਰ ਕਰ ਗਈ ਸੀ, ਉਹਨਾਂ ਨੇ ਕੰਟਰੋਲ ਕਰ ਲਿਆ। ਮੇਰੀ DCP ਨਾਲ ਅਸ਼ਵਨੀ ਕਪੂਰ ਨਾਲ ਗੱਲ ਹੋਈ, ਕਹਿੰਦੇ ਅਸੀਂ ਕੰਟਰੋਲ ਕਰ ਲਿਆ, ਅਤੇ ਕਹਿੰਦੇ ਦੋ ਬੈਰਕਾਂ ਜਿਹੜੀਆਂ ਹਾਈ ਸਿਕਿਉਰਿਟੀ ਜ਼ੋਨ ਨੇ ਉਹਨਾਂ 'ਚ ਅਸੀਂ ਐਂਟਰ ਕਰਕੇ ਗੋਲੀਆਂ ਜਿਹੜੀਆਂ ਚੱਲੀਆਂ ਨੇ ਉਹ ਜੇਲ੍ਹ ਡਿਪਾਰਟਮੈਂਟ ਨੇ ਚਲਾਈ ਨੇ, ਅੰਦਰੋਂ ਨਹੀਂ ਚੱਲੀ ਕੋਈ ਵੀ, ਉਹਨਾਂ ਨੇ ਕੰਟਰੋਲ ਕਰਨ ਲਈ ਹਵਾਈ ਫਾਇਰ ਕੀਤੀ ਨੇ। ਵੀਡੀਓ ਜਿਹੜੀ ਆਈਆਂ, ਵੇਖੋ ਗੱਲ ਸੁਣੋ, ਮੈਂ ਤਾਂ ਤੁਹਾਡੇ ਨਾਲ ਕਦੀ ਵੀ ਨਹੀਂ ਡਿਨਾਈ ਕੀਤਾ ਕਿ ਅੰਦਰ ਮੋਬਾਈਲ ਜਿਹੜੇ ਨੇ ਟੋਟਲ ਬੰਦ ਹੋ ਗਏ ਨੇ, ਮੋਬਾਈਲ ਅਜੇ ਵੀ ਹੈਗੇ ਨੇ। ਅਸੀਂ ਪੂਰੀ ਆਪਣੀ ਕੋਸ਼ਿਸ਼ ਕਰ ਰਹੇ ਹਾਂ, ਤੁਸੀਂ ਵੇਖਿਆ ਵੀ ਆ ਕਿ ਪੁਲਿਸ ਵਾਲੇ ਹਰ ਰੋਜ਼ ਜੇਲ੍ਹ ਡਿਪਾਰਟਮੈਂਟ ਵੱਲ ਉੱਥੋਂ ਮੋਬਾਈਲ ਜਿਹੜੇ ਨੇ ਕਰ ਰਹੇ ਨੇ। ਵੇਖੋ ਜੇ ਆਪਾਂ ਇਹ ਕਹਿ ਦਈਏ ਕਿ ਇੱਕ ਦਿਨ 'ਚ ਓਵਰਨਾਈਟ ਸਾਰੀਆਂ ਚੀਜ਼ਾਂ ਹੋਣ ਗਈਆਂ, ਅਸੀਂ ਆਪ ਹੀ ਹਿਊਮਨ ਬੀਇੰਗ ਆ, ਕਿੰਨੇ ਕੁ ਅਸੀਂ ਓਨੈਸਟ ਹਾਂ, ਕਿੰਨੇ ਕੁ ਸਾਰੀ ਦੁਨੀਆ ਓਨੈਸਟ ਆ, ਇਹਦੇ 'ਚ ਜਿਹੜੀ ਆ ਸਖਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਫਿਰ ਵੀ ਜਿਹੜੀ ਆ ਉਹ ਮੋਬਾਈਲਾਂ ਦੀ ਜਿਹੜੀ ਆ ਉਹ ਅੰਦਰ ਕਿਤੇ ਨਾ ਕਿਤੇ ਨਿਕਲਣ। ਤੁਹਾਨੂੰ ਤਾਂ ਮੈਂ ਪਹਿਲਾਂ ਹੀ ਦੱਸ ਦਿੱਤਾ ਕਿ ਨਾਭਾ ਹੋਇਆ, ਤੁਸੀਂ ਸੁਣਿਆ ਨਹੀਂ। ਮੈਂ ਕਿਹਾ ਬੜਾ ਅਨਫਾਰਚੁਨੇਟ ਹੈ, ਪਹਿਲਾਂ ਨਾਭਾ 'ਚ ਹੋਇਆ ਅਤੇ ਅੱਜ ਦੂਜਾ ਹੋਇਆ, ਅਤੇ ਮੇਰਾ ਖਿਆਲ ਤੁਹਾਨੂੰ ਰਿਪੀਟ ਕਰਨ ਦੀ ਜ਼ਿਆਦਾ ਆਦਤ ਹੁੰਦੀ ਆ। ਜਿਹੜੀ ਮੈਂ ਤਾਂ ਸਟਾਰਟਿੰਗ 'ਚ ਤੁਹਾਨੂੰ ਇਹ ਗੱਲ ਕਰ, ਲੁਧਿਆਣੇ ਮੈਂ ਜਿਸ ਵੇਲੇ ਉਹਨਾਂ ਦਾ ਮੈਨੂੰ ਟੈਲੀਫੋਨ ਆਏਗਾ ਕਿ ਅੰਡਰ ਕੰਟਰੋਲ ਹੈ, ਮੈਂ ਲੁਧਿਆਣੇ ਆਪ ਸਾਰਾ ਆਪ ਵਿਜਿਟ ਕਰ। ਇਹਦਾ ਹੱਲ ਇਹੀ ਆ ਕਿ ਬੈਠਾਂਗੇ CM ਸਾਹਿਬ ਨਾਲ ਵੀ ਗੱਲ ਕਰਾਂਗੇ, ਪਹਿਲਾਂ ਵੀ ਸਾਡੀਆਂ ਗੱਲਾਂ ਚੱਲਦੀਆਂ ਰਹੀਆਂ ਨੇ ਕਿ ਜਿਹੜੀ ਸਿਕਿਉਰਿਟੀ ਔਰ ਇੰਟੈਲੀਜੈਂਸ ਜਿਹੜੀਆਂ ਨੇ ਅਤੇ ਪੰਜਾਬ ਪੁਲਿਸ ਇੰਟੈਲੀਜੈਂਸ ਦੀ ਜਿਹੜੀ ਅੰਦਰ ਹੋਣਾ ਉਹਦਾ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇੰਟੈਲੀਜੈਂਸ ਵਾਲੇ ਅੰਦਰੋਂ ਜਾ ਕੇ ਇਹ ਦੇਖਣ ਕਿ ਇੱਥੇ ਇੰਟੈਲੀਜੈਂਸ ਜਿਹੜੀ ਹੈ ਪਰਮਾਨੈਂਟਲੀ ਉਹਨਾਂ ਦੀ ਅੰਦਰ ਡਿਪਲੋਇਮੈਂਟ ਹੋਣੀ ਚਾਹੀਦੀ ਹੈ, ਤਾਂ ਕਿ ਕੈਦੀਆਂ ਦੇ ਵਿੱਚੋਂ ਰਹਿ ਕੇ ਉਹਨਾਂ ਦਾ ਬਿਹੇਵੀਅਰ ਉਹਨਾਂ ਦੇ ਸਕਣ। ਜ਼ਿਆਦਾ ਹੁਣ ਸਾਨੂੰ ਜਿਹੜੀ ਮੇਨ ਜਿਹੜੀ ਲੋੜ ਆ ਉਹ ਇੰਟੈਲੀਜੈਂਸ ਜਿਹੜਾ ਸਾਡਾ ਵਿੰਗ ਆ ਉਹਨੂੰ ਅੰਦਰ ਸਥਾਪਿਤ ਕਰਨਾ ਪਏਗਾ। ਬਿਲਕੁਲ, ਮੈਂ ਤੁਹਾਨੂੰ ਮੇਰੀ ਗੱਲ ਸੁਣ, ਤੁਸੀਂ ਮੇਰੀ ਗੱਲ ਨੂੰ ਸਮਝੇ ਨਹੀਂ। ਇੰਟੈਲੀਜੈਂਸ ਵਿੰਗ ਅੱਜ ਨਹੀਂ, ਅੰਗਰੇਜ਼ਾਂ ਦੇ ਟਾਈਮ ਦੇ ਵਿੱਚ ਵੀ ਜਿਹੜੀਆਂ ਜੇਲ੍ਹਾਂ ਦੇ ਵਿੱਚ ਇੰਟੈਲੀਜੈਂਸ ਦਾ ਵਿੰਗ ਦਾ ਹੋਣਾ ਬਹੁਤ ਜ਼ਰੂਰੀ ਹੈ, ਜੋ ਕਿ ਸਾਡੇ ਅੰਦਰ ਉਹ ਨਹੀਂ ਰੱਖਿਆ ਗਿਆ। ਡੈਥ ਕੋਈ ਨਹੀਂ ਹੋਈ, ਇਹ ਅਜੇ ਏਡੀ ਜਲਦੀ ਤੁਸੀਂ ਬਹੁਤ ਜਲਦੀ ਪਹੁੰਚ ਜਾਂਦੇ ਹੋ, ਉਹਦੇ ਜਿਹੜੀ ਆ ਬੰਦਿਆਂ ਦੀ ਜਿਹੜੀ ਉਹ ਬਾਅਦ 'ਚ ਆਏਗੀ, ਕਿਉਂਕਿ ਅਜੇ ਅੰਦਰ ਉਹ ਅਜੇ ਕੰਟਰੋਲ ਕਰ ਰਹੇ, ਜਿਸ ਵੇਲੇ ਉਹਨਾਂ ਦੀ ਮੈਨੂੰ ਆਏਗੀ ਉਸ ਵੇਲੇ ਤੁਹਾਨੂੰ ਦੱਸਿਆ ਜਾਏਗਾ। ਇਸ ਵੇਲੇ ਜੋ ਹਾਲਾਤ ਪੰਜਾਬ ਦੀਆਂ ਜੇਲ੍ਹਾਂ ਦੇ ਬਣੇ ਹੋਏ ਆ, ਉਹਨੂੰ ਦੇਖ ਕੇ ਮੈਂ ਕਹਿ ਸਕਦਾ ਕਿ ਇਸ ਤੋਂ ਵੱਡੀ ਤਰਸਯੋਗ ਲਾਅ ਐਂਡ ਆਰਡਰ ਦੀ ਹਾਲਤ ਜੇਲ੍ਹਾਂ ਦੇ ਵਿੱਚ ਕਦੇ ਨਹੀਂ ਹੋਈ ਸੀ। ਹਾਲੇ 2 ਦਿਨ ਪਹਿਲਾਂ ਬਹੁਤ ਹੀ ਸੈਂਸਿਟਿਵ ਮਰਡਰ ਜਿਹੜਾ ਉਹ ਜੇਲ੍ਹ ਦੇ ਵਿੱਚ ਹੋਇਆ, ਅੱਜ ਲੁਧਿਆਣਾ ਜੇਲ੍ਹ ਦੇ ਵਿੱਚ ਜੋ ਨਜ਼ਰ ਆ ਰਿਹਾ ਕਿ ਕਿਸੇ ਨੂੰ ਵੀ ਕਾਨੂੰਨ ਦਾ ਕੋਈ ਡਰ ਨਹੀਂ ਹੈ। ਪ੍ਰਸ਼ਾਸਨ ਅੱਗੇ ਅੱਗੇ ਲੱਗਿਆ ਹੋਇਆ, ਕੈਦੀ ਪਿੱਛੇ ਪਿੱਛੇ ਲੱਗੇ ਹੋਏ ਆ। ਇੱਡੀ ਵੱਡੀ ਝੜਪ ਕੈਦੀਆਂ ਦੀ ਆਪੋ ਦੇ ਵਿੱਚ ਹੋਈ ਹੈ, ਕਈ ਕੈਦੀ ਜ਼ਖਮੀ ਹੋ ਗਏ, ਪੁਲਿਸ ਵਾਲੇ ਜ਼ਖਮੀ ਹੋ ਗਏ, ਜੋ ਖਬਰਾਂ ਮਿਲਦੀਆਂ ਕਿ ਸ਼ਾਇਦ
ਕੁਛ ਮੌਤਾਂ ਵੀ ਹੋਈਆਂ। ਇਸ ਤਰ੍ਹਾਂ ਦੀ ਜਿਹੜੀ ਤਰਸਯੋਗ ਹਾਲਤ ਹੈ ਉਹਨੂੰ ਦੇਖ ਕੇ ਬਹੁਤ ਵੱਡੀ ਨਿਰਾਸ਼ਾ ਜਿਹੜੀ ਹੈ ਪੰਜਾਬ ਦੇ ਲੋਕਾਂ ਨੂੰ ਆਉਂਦੀ। ਨਾ ਤਾਂ ਪੰਜਾਬ ਦੇ ਲੋਕ ਬਾਹਰ ਹੀ ਕਿਤੇ ਸੇਫ ਹੈ, ਰੋਜ਼ ਲੁੱਟਾਂ ਕਤਲ ਡਾਕੇ, 9-9 ਸਾਲ ਦੇ ਬੱਚੇ ਜਿਹੜੇ ਆ ਉਹ ਨਸ਼ਿਆਂ ਦਾ ਸ਼ਿਕਾਰ ਹੋ ਰਹੇ, ਲੜਕੀਆਂ ਦੀਆਂ ਮੌਤਾਂ ਜਿਹੜੀਆਂ ਉਹ ਡਰੱਗ ਦੀ ਓਵਰਡੋਜ਼ ਨਾਲ ਹੋ ਰਹੀਆਂ। ਡਰੱਗ ਮਾਫੀਆ ਦਾ ਸਾਰੇ ਪੰਜਾਬ ਦੇ ਵਿੱਚ ਪੂਰਾ ਕਬਜ਼ਾ, ਔਰ ਸਰਕਾਰ ਜਿਹੜੀ ਸਾਡੀ ਹੈ ਉਹ ਪੂਰੀ ਤਰ੍ਹਾਂ ਕੁੰਭਕਰਨੀ ਨੀਂਦ ਦੇ ਸੁੱਤੀ ਹੋਈ। ਕਿਸੇ ਮੰਤਰੀ ਨੂੰ ਆਪਣੇ ਮਹਿਕਮੇ ਦੇ ਫਿਕਰ ਨਹੀਂ, ਕੁਛ ਮੰਤਰੀ ਮੁੱਖ ਮੰਤਰੀ ਸਾਹਿਬ ਦਾ ਹੁਕਮ ਮੰਨਣ ਨੂੰ ਤਿਆਰ ਨਹੀਂ। ਇਸ ਕਰਕੇ ਜੇ ਇਹ ਹਾਲਤ ਰਹੀ ਹੈ ਤਾਂ ਫਿਰ ਮੈਂ ਸਮਝਦਾ ਕਿ ਰੱਬ ਹੀ ਰੱਖਾ ਪੰਜਾਬ ਦਾ, ਇਸ ਵੇਲੇ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਵਿੱਚ 100% ਫੇਲ ਹੋਈ। ਜੋ ਹਾਲਾਤ ਬਣੇ ਆ, ਮੈਂ ਚਾਹੁੰਦਾ ਕਿ ਜੇਲ੍ਹ ਮੰਤਰੀ ਸਾਹਿਬ ਨੂੰ ਤੁਰੰਤ ਅਸਤੀਫਾ ਦੇ ਕੇ ਜ਼ਿੰਮੇਵਾਰੀ ਸਰਕਾਰ ਨੂੰ ਚਾਹੀਦੀ ਹੈ, ਔਰ ਮੁੱਖ ਮੰਤਰੀ ਸਾਹਿਬ ਨੂੰ ਵੀ ਜਾਗਣਾ ਚਾਹੀਦਾ ਕਿ ਕਿਹੜੇ ਪਾਸੇ ਇਹ ਜ਼ਿਲ੍ਹਾ ਜਿਹੜੀਆਂ ਸੁਧਾਰ ਕਰ। ਇੱਥੇ ਜੇ ਕੋਈ ਕ੍ਰਿਮੀਨਲ ਵੀ ਜਾਂਦਾ ਹੈ ਤਾਂ ਉਹਨੂੰ ਤੁਸੀਂ ਸੁਧਾਰ ਕੇ ਉਹਦੀਆਂ ਆਦਤਾਂ ਠੀਕ ਕਰਕੇ ਮੋਟੀਵੇਟ ਕਰਕੇ ਉਹਨੂੰ ਵਧੀਆ ਇਨਸਾਨ ਬਣਾ ਕੇ ਬਾਹਰ ਕੱਢਣਾ, ਪਰ ਤੁਸੀਂ ਜ਼ਿਲ੍ਹਾ ਨੂੰ ਜਿਹੜੀ ਹੈ ਉਹ ਕ੍ਰਾਈਮ ਦੀ ਨਰਸਰੀ ਬਣਾ ਕੇ ਰੱਖ ਦਿੱਤੀ।